हेलो, मेरा नाम चौधरी हरजिंदर निजर हैगा ते मैं पंडोरी निजरां दा जट हैगा। ते जदों इंसान नूं जन्म दिंदा अकाल पुरख, उदों इंसान अपनी मर्जी नाल नहीं लैंदा, ओहदी मर्जी नाल लैंदा। कोई किसे दे जट दे कर दिंदा, कोई चूड़े दे, कोई चमार दे, कोई खत्री दे, लोहार दे, तरखान दे। ये सारे जन्म जिहड़े हैगे ने, ये सिर्फ पछाणन लई हैगे ने, इहनां दी कीमत नहीं पैंदी। कीमत पैंदी कर्मां दी। ज्यो सह जात सह पात, ज्यो ज्या कर्म कमाउंदे, सतगुरु नानक देव जी, कर्मां दी कीमत हैगी। पर यह जिहड़ा बी हैगा जात दा, यह हैगा जिहड़ा कि पौधा हैगा बनदा ते पौधा फिर फल लियाउंदा, ते इहनूं कहिंदे गंधम दा बी। ते जे अपनी तुसीं जात छिड़को लवो, फिर तुसीं बन जांदे कंडियारी। कंडियारी जिहड़ी कि ਦੂਜਿਆਂ ਨੂੰ ਦੁੱਖ ਦਿੰਦੀ ਹੈਗੀ, ਅੱਤਵਾਦੀ। ਅਤੇ ਹੁਣ ਮੈਂ ਕਰ ਰਿਹਾ ਚੈਪਟਰ ਆਪਣਾ ਮਸੀਹ ਈਸਾ ਜੀ ਦਾ, ਕੁਆਰੀ ਦੇ ਜਨਮ ਕਿਉਂ ਅਤੇ ਉਸ ਦੇ ਸਬੂਤ। ਬਹੁ ਗਿਣਤੀ ਵਿੱਚ ਲੋਕ ਇਹ ਕਹਿੰਦੇ ਹਨ ਕਿ ਮਸੀਹ ਈਸਾ ਜੀ ਨੇ ਜੁੱਡਾ ਕਬੀਲੇ ਦੀ ਇੱਕ ਕੁਆਰੀ ਕੁੜੀ ਦੇ ਬੇਥਲੇਹਾਮ ਸ਼ਹਿਰ ਦੀ ਇੱਕ ਸਰਾਂ ਵਿੱਚ ਜਨਮ ਲਿਆ ਸੀ। ਇਹ ਬੈਥਲੇਹਮ ਸ਼ਹਿਰ ਪੁਰਾਤਨ ਬਾਦਸ਼ਾਹ ਡੇਵਿਡ ਜੁੱਡਾ ਕਬੀਲੇ ਦਾ ਬੱਬਰ ਸ਼ੇਰ ਦਾ ਵੀ ਜਨਮ ਅਸਥਾਨ ਹੈ। ਇੱਥੇ ਦੀ ਇੱਕ ਸਰਾਂ ਵਿੱਚ ਘੋੜੇ, ਖੋਤੇ ਆਦਿ ਸੇਵਾ ਕਰਨ ਵਾਲੇ ਪਸ਼ੂਆਂ ਦੇ ਹੱਤੇ ਵਿੱਚ ਈਸਾ ਜੀ ਨੇ ਜਨਮ ਲਿਆ ਸੀ, ਕਿਉਂਕਿ ਕਹਿੰਦੇ ਹਨ ਕਿ ਸਰਾਂ ਵਿੱਚ ਕੋਈ ਕਮਰਾ ਖਾਲੀ ਨਹੀਂ ਸੀ। ਫਿਰ ਉਸ ਦੀ ਮੌਤ ਵੀ ਇੱਕ ਬੜੀ ਭਿਆਨਕ ਅਤੇ ਹਲੀਮੀ ਵਾਲੀ ਥਾਂ ਕ੍ਰਾਸ ਉੱਤੇ ਟੰਗਣ ਨਾਲ ਹੋਈ। ਇਹ ਜਿਹੜਾ ਨਾ ਲੋਕ ਜਿਹੜੇ ਨੇ ਬਾਤ ਬਣਾ ਲੈਂਦੇ ਨੇ ਬਾਤਾਂ, ਲੇਕਿਨ ਜਿਹੜੀ ਅਸਲ ਹੁੰਦੀ ਉਹ ਹੋਰ ਚੀਜ਼ ਹੁੰਦੀ, ਉਹ ਮੈਂ ਦੱਸਦਾ ਅੱਗੇ। ਪਰ ਇੱਦਾਂ ਕਿਉਂ ਹੋਇਆ ਸੀ, ਇਸ ਦੀ ਸਮਝ ਕਿਸੇ ਨੂੰ ਹੀ ਹੋਵੇਗੀ। ਇਸ ਦਾ ਵੇਰਵਾ ਇੰਜ ਹੈ, ਕੁਆਰੀ ਕੁੜੀ ਦੇ ਜਨਮ ਕਿਉਂ ਲਿਆ। ਇਸ ਦਾ ਜਵਾਬ ਦੂਜੇ ਸੁਰਤੀ ਵਾਲਿਆਂ ਲਈ ਤਾਂ ਬਹੁਤ ਹੀ ਸੌਖਾ ਹੈ, ਪਰ ਜੇ ਕੋਈ ਇਸ ਉੱਤੇ ਸੁਰਤੀ ਨਾਲ ਸੋਚ ਵਿਚਾਰ ਕਰੇ, ਪਰ ਕਿਤਾਬੀ ਕੀੜੇ ਜਾਂ ਅਕੀਜੇ ਦੀ ਸਮਝ ਤੋਂ ਇਹ ਬਾਹਰਾ ਹੈ। ਇਹ ਕਿਤਾਬੀ ਕੀੜੇ ਬਾਈਬਲ ਆਦਿ ਪੁਸਤਕਾਂ ਨੂੰ ਇੱਕ ਨਾਵਲ ਵਾਂਗ ਹੀ ਪੜ੍ਹਦੇ ਹਨ, ਅਤੇ ਮਸੀਹ ਈਸਾ ਜੀ ਜਿਹੜਾ ਕਿ ਇੱਕ ਮਹਾਨ ਸੇਵਾਦਾਰ ਸੀ ਨੂੰ ਮਹਾਨ ਹੁਕਮਰਾਨ ਲੋਰਡ ਕਹਿੰਦੇ ਹਨ, ਤਾਂ ਕਿ ਪੋਪ ਆਦਿ ਇਹ ਕਹਿ ਕੇ ਲੋਕਾਂ ਉੱਤੇ ਵੀ ਰਾਜ ਕਰ ਸਕਣ ਅਤੇ ਕਰਦੇ ਵੀ ਰਹੇ ਹਨ। ਹੁਣ ਮਸੀਹ ਈਸਾ ਜੀ ਦੁਨੀਆਂ ਵਿੱਚ ਅਕਾਲ ਪੁਰਖ ਦਾ ਪਹਿਲਾ ਖਾਸ ਅਨੋਇੰਟਿਡ, ਜਿਹਨੂੰ ਕਹਿੰਦੇ ਅਨੋਇੰਟਿਡ ਡੰਡੋਰਚੀ, ਸਤਿਗੁਰੂ ਮਸੀਹਾ ਜਾਂ ਕ੍ਰਾਈਸਟ ਆਇਆ ਸੀ। ਇਹ ਕਲਯੁੱਗ ਦਾ ਪਹਿਲਾ ਸੀ ਜਿਹੜਾ ਮਸੀਹਸ ਕ੍ਰਾਈਸਟ ਅਨੋਇੰਟਿਡ ਆਇਆ ਸੀ, ਅਤੇ ਇਸ ਨੇ ਕਿੰਗ ਡੇਵਿਡ ਦੇ ਹੀ ਕਬੀਲੇ ਵਿੱਚ ਜਨਮ ਲੈਣਾ ਸੀ, ਜਿਵੇਂ ਕਿ ਸਤਿਗੁਰੂ ਨਾਨਕ ਦੇਵ ਜੀ ਸ਼੍ਰੀ ਰਾਮ ਚੰਦਰ ਜੀ ਦੀ ਖੱਤਰੀ ਕੌਮ ਦੇ ਹੀ ਘਰ ਵਿੱਚ ਪੈਦਾ ਹੋਏ ਸਨ। ਹੋ ਸਕਦਾ ਹੈ ਕਿ ਇਹ ਦੋਵੇਂ ਉਹਨਾਂ ਦੇ ਖਾਨਦਾਨਾਂ ਵਿੱਚੋਂ ਹੀ ਹੋਏ ਹੋਣ। ਇਹ ਜੁੱਡਾ ਅਤੇ ਖੱਤਰੀ ਕੌਮਾਂ ਦੇ ਲੋਕ ਪਿਛਲੇ ਤ੍ਰੇਤੇ ਯੁੱਗ ਵਿੱਚ ਬੜੇ ਧਾਰਮਿਕ ਹੁੰਦੇ ਸਨ, ਕਿ ਲੋਕ ਇਹਨਾਂ ਨੂੰ ਦੇਵਤਾ ਕਹਿੰਦੇ ਹੁੰਦੇ ਸਨ। ਪਰ ਅੱਜ ਕੱਲ੍ਹ ਯੁੱਗ ਵਿੱਚ ਇਸ ਦੇ ਉਲਟ ਅਤੇ ਸੱਚ ਦਾ ਕਾਲ ਕਹਿਤ ਹੋਣ ਕਰਕੇ ਇਹ ਬਹੁ ਗਿਣਤੀ ਵਿੱਚ ਵੱਡੇ ਬੇਈਮਾਨ ਅਤੇ ਲਾਲਚੀ ਕਰਾੜ ਲੋਕ ਹੋ ਜਾਂਦੇ ਹਨ। ਜੁੱਡਾ ਕੌਮ ਦੇ ਲੋਕ
ਕਿੰਨੇ ਕੁ ਖਰਾਬ ਸਨ। ਇਸ ਦੀ ਮਿਸਾਲ ਜੁਡਾ ਇਸਕੈਰੀਓਟ ਨੇ ਦਿੱਤੀ ਹੈ, ਜਿਸ ਨੇ ਮਾਇਆ ਵਾਲੀ ਥੈਲੀ ਸਾਂਭੀ ਹੋਈ ਸੀ ਅਤੇ 30 ਸਿੱਕੇ ਲੈ ਕੇ ਈਸਾ ਜੀ ਨੂੰ ਫੜਵਾਇਆ ਸੀ। ਯਾਦ ਰੱਖੋ ਕਿ ਮਸੀਹ ਈਸਾ ਜੀ ਨੇ ਆਪਣਾ ਅੰਮ੍ਰਿਤ, ਜਿਸ ਨੂੰ ਇਹ ਲਾਸਟ ਸਫ਼ਰ ਜਾਂ ਯੂਕ੍ਰਿਸਟ, ਅਸਲ ਵਿੱਚ ਯੂਕ੍ਰਿਸਟ ਹੈਗਾ ਜਿਹੜਾ ਕਿ ਉਹ ਰੋਟੀ ਭਰਨੇ ਦੀ ਸਾਰਾ ਕਰੀਦਾ ਨਾ, ਕਹਿੰਦੇ ਹਨ, ਛਕਾਉਣ ਤੋਂ ਪਹਿਲਾਂ ਇਸ ਧੋਖੇਬਾਜ਼ ਅਤੇ ਮਾਇਆਦਾਰੀ ਬੇਈਮਾਨ ਨੂੰ ਬੜੀ ਲੱਖ ਰਨਤ ਪਾ ਕੇ ਬਾਹਰ ਕੱਢ ਦਿੱਤਾ ਸੀ। ਪਰ ਜਦੋਂ ਈਸਾ ਜੀ ਨੂੰ ਮਾਰ ਦਿੱਤਾ ਗਿਆ ਸੀ ਤਾਂ ਉਹ ਆਪਣੀਆਂ ਕਰਤੂਤਾਂ ਉੱਤੇ ਇੰਨਾ ਸ਼ਰਮਸਾਰ ਹੋਇਆ ਸੀ ਕਿ ਉਸ ਨੇ 30 ਸਿੱਕੇ ਬਲੱਡ ਮਨੀ ਬਣ ਗਈ ਨਾ, ਫਿਰ ਉਹ ਜਦੋਂ ਮਾਰ ਦਿੱਤਾ ਤਾਂ ਬਲੱਡ ਮਨੀ ਟੈਂਪਲ ਵਿੱਚ ਜਾ ਸੁੱਟੇ ਅਤੇ ਲੋਕਾਂ ਦੀ ਲੱਖ ਲਾਨਤ ਤੋਂ ਬਚਣ ਲਈ ਆਪੇ ਹੀ ਖੁਦਕੁਸ਼ੀ ਕਰ ਲਈ ਸੀ। ਯਾਨੀ ਬਲੱਡ ਮਨੀ ਜਦੋਂ ਲੈ ਕੇ ਗਿਆ ਉੱਥੇ ਆਪਣੇ ਟੈਂਪਲੇ 'ਚ ਵੀ ਵਾਪਸ ਲੈ ਲਓ, ਤੁਸੀਂ ਤਾਂ ਮਾਰ ਦਿੱਤਾ ਹੈਗਾ, ਇਹ ਬਲੱਡ ਮਨੀ ਮੇਰੀ ਘਰ ਨਹੀਂ ਲਿਜਾ ਸਕਦਾ, ਬੱਚਿਆਂ ਨੂੰ ਨਹੀਂ ਖਿਲਾ ਸਕਦਾ। ਅਤੇ ਉਹ ਕਹਿੰਦੇ ਵੀ ਦੇਖ ਤੇਰੀ ਬਲੱਡ ਮਨੀ ਤੂੰ ਜਾਣੇ ਅਤੇ ਤੇਰਾ ਕੰਮ ਜਾਣੇ, ਅਸੀਂ ਇਹ ਗੱਲੇ 'ਚ ਨਹੀਂ ਪਾ ਸਕਦੇ ਮੰਦਰ ਦੇ। ਅਤੇ ਉਹ ਫਿਰ ਨਹੀਂ, ਜਦ ਉਹਨਾਂ ਕਿਹਾ ਵੀ ਨਹੀਂ ਪਾ ਸਕਦੇ ਤਾਂ ਉਹਨੇ ਫਿਰ ਵਗਾ ਕੇ ਮਾਰੀ ਤਾਂ ਉਹਦੇ ਟੈਂਪਲ ਦੇ ਵਿਹੜੇ 'ਚ ਸਿੱਟ ਦਿੱਤੀ। ਉਹਨਾਂ ਫਿਰ ਉਹ 30 ਸਿੱਕੇ ਇਕੱਠੇ ਕਰਕੇ ਤਾਂ ਇੱਕ ਖੇਤ ਖਰੀਦਿਆ ਸੀ, ਜਿੱਥੇ ਕਿ ਉਹ ਜਿਨ੍ਹਾਂ ਦਾ ਕੋਈ ਲਾ ਵਾਰਸ ਹੁੰਦਾ, ਕੋਈ ਵਾਰਸ ਨਹੀਂ ਹੁੰਦਾ, ਉੱਥੇ ਆਉਂਦੇ ਨੇ ਉਹ ਆਪਣੇ ਪਿਲਗ੍ਰਿਮ ਕਰਨ ਅਤੇ ਮਰਮੁਰ ਜਾਂਦੇ ਉੱਥੇ ਦਫਨਾਉਣ ਲਈ। ਹੁਣ ਮਸੀਹ ਈਸਾ ਜੀ ਦੇ ਰਹਿਮ ਦਿਲੀ ਦੇ ਕਰਮ ਦੇਖ ਕੇ ਇੱਕ ਔਰਤ ਨੇ ਇਹ ਕਿਹਾ ਕਿ ਤੂੰ ਡੇਵਿਡ ਦਾ ਅਸਲੀ ਪੁੱਤਰ ਹੈ, ਪਰ ਇਹ ਕਿਤਾਬੀ ਕੀੜੇ ਲਫਜ਼ੀ ਮਤਲਬ ਲਾ ਕੇ ਉਸਨੂੰ ਡੇਵਿਡ ਦਾ ਜਿਸਮਾਨੀ ਪੁੱਤਰ ਹੀ ਸਮਝਦੇ ਹਨ। ਯਾਦ ਰੱਖੋ ਕਿ ਮਸੀਹ ਈਸਾ ਜੀ ਨੇ ਬਹੁਤ ਸਾਰੇ ਯਹੂਦੀਆਂ ਨੂੰ ਤੰਦਰੁਸਤ ਕੀਤਾ ਸੀ, ਪਰ ਇੱਕ ਨੇ ਵੀ ਮਸੀਹ ਈਸਾ ਜੀ ਦਾ ਧੰਨਵਾਦ ਨਹੀਂ ਸੀ ਕੀਤਾ। ਅਤੇ ਜਦੋਂ ਇੱਕ ਜੈਂਟਾਇਲ ਨੂੰ ਤੰਦਰੁਸਤ ਕੀਤਾ ਸੀ ਤਾਂ ਉਸ ਨੇ ਧੰਨਵਾਦ ਕੀਤਾ ਅਤੇ ਨਾਲ ਵੀ ਬਾਣੀ ਸੁਣਨ ਲਈ ਤੁਰ ਪਿਆ ਸੀ। ਇਹ ਕਿਤਾਬੀ ਕੀੜੇ ਯਹੂਦੀ ਜੈਂਟਾਇਲ ਨੂੰ ਮੂਰਖ ਗਵਾਰ ਹੀ ਸਮਝਦੇ ਹਨ, ਜਿਵੇਂ ਕਿ ਖੱਤਰੀ ਜੱਟਾਂ ਨੂੰ। ਪਰ ਜੈਂਟਾਇਲ ਸੁਰਤੀ ਤੋਂ ਕੰਮ ਲੈਂਦੇ ਸਨ ਅਤੇ ਇਹਨਾਂ ਨੂੰ ਸੇਂਟ ਪੌਲ ਨੇ ਬਹੁਤ ਡੂੰਘਾ ਪ੍ਰਚਾਰ ਕੀਤਾ ਸੀ। ਜੈਂਟਾਇਲ ਯਹੂਦੀਆਂ ਨਾਲੋਂ ਕਿਤੇ ਵੱਧ ਧਾਰਮਿਕ ਸਨ ਅਤੇ ਗੁੱਡ ਸਮੈਰੀਟਨ ਕਰਕੇ ਮਸ਼ਹੂਰ ਹੋ ਗਏ। ਇਹਨਾਂ ਬਾਰੇ ਮਸ਼ਹੂਰ ਹੈ ਕਿ ਜੈਂਟਾਇਲ ਸਦਾ ਹੀ ਅਮਰ ਹੈ। ਫਿਲਪ ਕ੍ਰਾਈਸਟ ਫਿਲਪ ਸੈਡ, ਏ ਜੈਂਟਾਇਲ ਨੈਵਰ ਡਾਈਸ ਫਾਰ ਹੀ ਡਜ ਨਾਟ ਲਿਵ ਟੂ ਡਾਈ। ਹੁਣ ਸ਼ਰਮ ਧਰਮ ਦੀ ਬੁਨਿਆਦ ਹੈ ਅਤੇ ਲੋਕਾਂ ਨੂੰ ਆਪਣੇ ਖਾਨਦਾਨ ਦੀ ਸਭ ਤੋਂ ਵਧੀਕ ਸ਼ਰਮ ਹੁੰਦੀ ਹੈ। ਇਸ ਲਈ ਜਿਹੜੇ ਲੋਕ ਆਪਣੇ ਵਡੇਰਿਆਂ ਜਾਂ ਮਹਾਂਦੇਵ ਨਾਲ ਸੰਬੰਧ, ਜਿਹਨੂੰ ਕੋਵਨੈਂਟ ਕਹਿੰਦੇ ਅੰਗਰੇਜ਼ੀ 'ਚ, ਰੱਖਦੇ ਹਨ, ਉਹਨਾਂ ਨੂੰ ਇਨਸਾਨ ਦੇ ਪੁੱਤਰ ਜਾਂ ਸ਼ਿਵ ਦੇ ਪੁੱਤਰ, ਅਤੇ ਜਿਹੜੇ ਆਪਣਾ ਸੰਬੰਧ ਤੋੜ ਦਿੰਦੇ ਹਨ ਉਹਨਾਂ ਨੂੰ ਸ਼ੈਤਾਨ ਦੇ ਪੁੱਤਰ ਆਖੀਦਾ ਹੈ। ਮਸੀਹ ਈਸਾ ਜੀ ਨੇ ਮਤੀ 13 ਅਤੇ 24 ਤੋਂ 30 ਵਿੱਚ ਆਦਮੀ ਦੇ ਪੁੱਤਰਾਂ ਨੂੰ ਕਣਕ ਦੇ ਦਾਣਿਆਂ ਨਾਲ ਅਤੇ ਸ਼ੈਤਾਨ ਦੇ ਪੁੱਤਰਾਂ ਨੂੰ ਜੜੀ ਬੂਟੀ ਕੰਡਿਆਰੀ ਨਾਲ ਤਸ਼ਰੀਹ ਦਿੰਦੇ ਹੋਏ ਕਿਹਾ ਕਿ ਬ੍ਰਹਮਾ ਯਾਵੇ ਜਿਹਨੂੰ ਕਹਿੰਦੇ ਨੇ ਉਹ ਖੁਦਾ ਅਰਬੀ 'ਚ, ਆਦਿ ਨੇ ਤਾਂ ਕਣਕ ਦੇ ਦਾਣੇ ਹੀ ਬੀਜੇ ਸਨ, ਪਰ ਸ਼ੈਤਾਨ ਰਾਤ ਦੇ ਹਨੇਰੇ ਭਾਵ ਕਲਯੁੱਗ ਵਿੱਚ ਆਪਣੇ ਪੁੱਤਰ ਜਨੂਨੀ ਵੀ ਪੈਦਾ ਕਰ ਦਿੰਦਾ ਹੈ।
ਅਤੇ ਭਾਰਤ ਵਿੱਚ ਇਹਨਾਂ ਨੂੰ ਸ਼ੰਕਰ ਵਰਨੀਏ ਹਰਾਮੀ ਕਹੀਦਾ ਹੈ, ਕਹਿੰਦੇ ਹਨ। ਅਤੇ ਇਹਦੇ ਅੱਗੇ ਜਾ ਕੇ ਫਿਰ ਬਾਕੀ ਦੱਸਾਂਗਾ। ਅਤੇ ਇਹ ਬੜਾ ਹੈਗਾ, ਜੇ ਇਹ ਸਾਰਾ ਗਿਆਨ ਸੁਰਤੀ ਵਾਲਿਆਂ ਲਈ ਹੈਗਾ, ਜੇ ਕੋਈ ਜਿਹਦੇ ਕੋਲ ਸੁਰਤੀ ਹੈਗੀ ਉਹੀ ਪਾ ਸਕਦਾ ਹੈਗਾ। ਇਹ ਅਕਾਲ ਪੁਰਖ ਤੋਂ ਮਿਲਦਾ ਹੈਗਾ ਗਿਆਨ, ਅਤੇ ਜਿਹੜਾ ਆਪਣੇ ਢੂੰਡਦਾ ਹੈਗਾ ਜਿਹਨੂੰ ਉਹਨੂੰ ਮਿਲਦਾ ਹੈਗਾ। ਅਤੇ ਢੂੰਡਣ ਲਈ ਜਿਹੜੀ ਪਹਿਲੀ ਸ਼ਰਤ ਹੈਗੀ ਇਨਸਾਨ ਦੀ, ਕਿ ਪਹਿਲਾਂ ਆਪਣਾ ਪਿਓ ਪਛਾਣੇ, ਦੁਨਿਆਵੀ ਪਿਓ ਪਛਾਣੇ। ਦੁਨਿਆਵੀ ਪਿਓ ਜਿਹੜਾ ਹੈਗਾ ਉਹ ਹੈਗਾ ਸ਼ੈਡੋ ਟੂ ਦੀ ਰੀਅਲ ਫਾਦਰ, ਆਵਰ ਫਾਦਰ ਗੋਡ। ਜੇ ਤੁਸੀਂ ਕੱਚੇ ਪਿਓ ਦੇ ਨਹੀਂ ਬਣਦੇ, ਪੱਕੇ ਪਿਓ ਦੇ ਨਹੀਂ ਬਣ ਸਕਦੇ। ਅਤੇ ਬਾਕੀ ਅੱਗੇ ਤੁਹਾਡੀ ਮਰਜ਼ੀ ਹੈ।